ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਲੱਗੇ ਕਰਫਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ ਕਲਾਂ ਦੀ ਟੀਮ ਨੇ ਸੀਨੀਅਰ ਮੈਡੀਕਲ ਅਫਸਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਸੂਬੇ ਤੋਂ ਬਾਹਰੋਂ ਆਪਣੇ ਘਰਾਂ ਨੂੰ ਪਰਤਣ ਵਾਲੇ 6 ਵਿਅਕਤੀਆਂ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਲੋਕ ਪੂਰੀ ਤਰ੍ਹਾਂ ਫਿੱਟ ਪਾਏ ਗਏ ਹਨ ਅਤੇ ਉਹਨਾਂ ਨੂੰ 14 ਦਿਨਾਂ ਤੱਕ ਉਹਨਾਂ ਦੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਆਏ ਆ ਸਾਡੇ ਕੋਲ, ਇਹ ਕਲਕੱਤੇ ਸਮਾਨ ਲਾਉਣ ਗਏ ਸੀ, ਟਰੱਕ ਡਰਾਈਵਰ ਹੈ ਸਾਰੇ, ਠੀਕ ਹੈ ਜੀ। ਅਤੇ ਸਾਨੂੰ ਪ੍ਰਸ਼ਾਸਨ ਵੱਲੋਂ ਖਬਰ ਮਿਲੀ ਸੀ ਵੀ ਅੱਜ ਪਹੁੰਚ ਰਹੇ ਹਾਂ, ਅੱਜ ਆ ਕੇ ਇਹਨਾਂ ਦੀ ਮੈਡੀਕਲ ਚੈੱਕਅਪ ਕੀਤਾ। ਇਹਨਾਂ 'ਚੋਂ ਕਿਸੇ ਵੀ ਬੰਦੇ ਨੂੰ ਬੁਖਾਰ ਨਹੀਂ, ਛਾਤੀ ਇਹਨਾਂ ਦੀ ਕਲੀਅਰ ਹੈ, ਕੋਈ ਲੱਛਣ ਨਹੀਂ ਹੈਗੇ ਬਿਮਾਰੀ ਦੇ। ਹੁਣ ਇਹਨਾਂ ਨੂੰ 14 ਦਿਨ ਹੋਮ ਕੁਆਰੰਟਾਈਨ 'ਚ ਰੱਖਾਂਗੇ, ਵੀ ਘਰ ਇਹਨਾਂ ਨੂੰ ਰੱਖਾਂਗੇ ਅਤੇ ਡੇਲੀ ਫੋਲੋਅਪ ਕਰਦੇ ਰਹਾਂਗੇ। ਜੇ ਇਹਨਾਂ 'ਚ ਕੋਈ ਲੱਛਣ ਪਾਇਆ ਜਾਂਦਾ ਤਾਂ ਇਹਨਾਂ ਨੂੰ ਫਿਰ ਹੋਸਪਿਟਲ 'ਚ ਐਡਮਿਟ ਕਰਾਂਗੇ। ਜੇ ਬੰਦੇ ਠੀਕ ਰਹਿੰਦੇ 14 ਦਿਨ, ਫਿਰ ਇਹਨਾਂ ਨੂੰ ਸਭ ਨੂੰ ਅਸੀਂ ਕੁਆਰੰਟਾਈਨ ਤੋਂ ਫ੍ਰੀ ਕਰ ਦਾਂਗੇ। ਛੇ ਵਿਅਕਤੀ ਆਏ ਆ ਜੀ, ਇਹ ਕੈਲਕਟਾ ਸਮਾਨ ਉਤਾਰ ਕੇ ਆਏ ਆ ਜੀ ਸਾਰੇ। ਹੁਣ ਤੱਕ ਮਹਿਰਕਲਾ ਬਲਾਕ ਦੇ ਵਿੱਚ ਹੋਰ ਵੀ ਕੋਈ ਨਹੀਂ, ਜਿਹੜੇ ਜਿਹੜੇ ਆ ਰਹੇ ਆ, ਜਿਵੇਂ ਜਿਵੇਂ ਕੋਈ ਬਾਹਰੋਂ ਆਉਂਦਾ ਆ ਰਿਹਾ, ਉਹ ਅਸੀਂ ਟਰੈਕ ਕਰ ਰਹੇ ਹਾਂ ਅਤੇ ਸਭ ਦਾ ਅਸੀਂ ਐਗਜ਼ਾਮੀਨੇਸ਼ਨ ਕਰਕੇ ਸਾਡੀ ਇੱਕ ਪ੍ਰੋਟੋਕਾਲ ਬਣਿਆ ਹੋਇਆ। ਹੋਮ ਕੁਆਰੰਟਾਈਨ ਤਾਂ ਬਾਹਰਲੇ ਬੰਦੇ ਨੂੰ ਅਸੀਂ ਕਰ ਹੀ ਰਹੇ ਹਾਂ 14 ਦਿਨ ਲਈ ਸਭ। ਹੋਮ ਕੁਆਰੰਟਾਈਨ ਤੋਂ ਬਿਨਾਂ ਕੋਈ ਸਰਕਾਰ ਦੇ ਆਈਸੋਲੇਟਰ? ਹਾਂਜੀ, ਜਿਹੜੇ ਬੰਦਿਆਂ 'ਚ ਕੋਈ ਲੱਛਣ ਪਾਇਆ ਜਾਂਦਾ, ਜਿਵੇਂ ਖਾਂਸੀ, ਜ਼ੁਕਾਮ, ਬੁਖਾਰ ਜਾਂ ਕੋਈ ਵੀ ਲੱਛਣ ਪਾਇਆ ਜਾਂਦਾ, ਉਹ ਸਾਡੇ ਕੋਲ ਛਾਪੇ ਮਹਿਲ ਕਲਾਂ ਮਾਲਵਾ ਕਾਲਜ, ਇੱਕ ਬਰਨਾਲੇ ਬਣਿਆ ਹੋਇਆ ਸਾਡੇ ਕੋਲ ਆਈਸੋਲੇਸ਼ਨ ਸੈਂਟਰ ਅਤੇ ਆਈਸੋਲੇਸ਼ਨ ਵਾਰਡ ਸਿਵਲ ਹੋਸਪਿਟਲ ਬਰਨਾਲੇ ਬਣਿਆ। ਡਿਪੈਂਡ ਕਰਦਾ ਜੀ ਉਹਨਾਂ ਕਿੰਨੀ ਸਿਵੀਅਰਟੀ ਹੈ, ਜੇ ਤਾਂ ਉਹਨਾਂ ਨੂੰ ਘੱਟ ਲੱਛਣ ਹੈ ਤਾਂ ਅਸੀਂ ਆਈਸੋਲੇਸ਼ਨ ਫੈਸਿਲਿਟੀ 'ਤੇ ਰੱਖਦੇ ਹਾਂ, ਜਿਹਨਾਂ ਨੂੰ ਵੱਧ ਲੱਛਣ ਹੈ ਅਤੇ ਉਹ ਬਿਮਾਰ ਨੇ ਉਹਨਾਂ ਨੂੰ ਫਿਰ ਅਸੀਂ ਬਰਨਾਲੇ ਸਿਵਲ ਹੋਸਪਿਟਲ 'ਚ ਆਈਸੋਲੇਸ਼ਨ 'ਚ ਦਾਖਲ ਕਰਕੇ ਰੱਖਦੇ ਹਾਂ ਟ੍ਰੀਟਮੈਂਟ ਲਈ। ਲੋਕਾਂ ਨੂੰ ਕੀ ਤੁਹਾਡਾ ਮੈਸੇਜ? ਲੋਕਾਂ ਨੂੰ ਇਹੀ ਮੈਸੇਜ ਹੈ ਜੀ, ਬਈ ਇਹ ਜਿਹੜਾ 21 ਦਿਨ ਦਾ ਲੋਕਡਾਊਨ ਹੈ, ਇਹ ਬਹੁਤ ਜ਼ਰੂਰੀ ਹੈ। ਇਹੋ ਜਿਹੀ ਤ੍ਰਾਸਦੀ 100-150 ਸਾਲ ਬਾਅਦ ਸਾਰੀ ਦੁਨੀਆ ਨੇ ਦੇਖੀ ਹੈ, ਅਤੇ ਜੇ ਆਪਾਂ 21 ਦਿਨ ਘਰ ਬੈਠ ਕੇ ਹੁਕਮਾਂ ਦੀ ਪਾਲਣਾ ਕਰਕੇ ਸਰਕਾਰ ਦੀ ਕੱਢ ਲਾਂਗੇ ਤਾਂ ਇਹ ਬਿਮਾਰੀ ਤੋਂ ਆਪਣਾ ਇਲਾਕਾ ਪੰਜਾਬ ਅਤੇ ਇੰਡੀਆ 'ਚ ਬਹੁਤ ਸਾਰੇ ਇਲਾਕੇ ਇਸ ਤੋਂ ਫ੍ਰੀ ਹੋ ਸਕਦੇ ਹਾਂ ਅਤੇ ਆਪਾਂ ਫਿਰ ਆਮ ਜੀਵਨ ਵੱਲ ਜਾ ਸਕਦੇ ਹਾਂ। ਜੇ ਲੋਕ ਅੱਜ ਦੇ ਟਾਈਮ 'ਚ ਕਰਫਿਊ ਨੂੰ ਫੋਲੋ ਨਹੀਂ ਕਰਨਗੇ, ਇਹਨੂੰ ਸੀਰੀਅਸਲੀ ਨਹੀਂ ਲੈਣਗੇ, ਜਿਵੇਂ ਦੇਖਿਆ ਗਿਆ ਕਈ ਥਾਂ 'ਤੇ ਲੋਕ ਸੱਥਾਂ ਲਾਈ ਬੈਠੇ ਆ, ਇੱਕ ਮਰੀਜ਼ ਤੋਂ 10 ਬਣਦੇ ਨੇ, 10 ਤੋਂ 100, 100 ਤੋਂ 1000, ਅਤੇ ਇੱਕ ਥਾਂ 'ਤੇ ਆਊਟਬ੍ਰੇਕ ਹੋ ਗਈ ਤਾਂ 21 ਦਿਨ ਦਾ ਜਿਹੜਾ ਆਪਣਾ ਲੋਕਡਾਊਨ ਹੈ ਵਿਅਰਥ ਜਾਊਗਾ ਅਤੇ ਫਿਰ ਇਹ ਬਿਮਾਰੀ ਨਾਲ ਦੇਖ ਲਓ ਬਹੁਤ ਇਲਾਕੇ ਨੂੰ ਸਾਹਮਣਾ ਕਰਨਾ ਪਊਗਾ ਅਤੇ ਬਹੁਤ ਮੌਤਾਂ ਹੋ ਸਕਦੀਆਂ, ਬਹੁਤ ਜਾਨ ਮਾਲ ਦਾ ਨੁਕਸਾਨ ਹੋ ਸਕਦਾ।